के नाल ही उत्ते एक स्कूल दी बेवाद बिल्डिंग दे विच ओ लड़की दी जिहड़ी बड़ी भैड़ी हालत दे विच मतलब बड़ा भयानक तरीके नाल उहदा कतल करके उहदी लाश नूं उत्थे छपा दित्ता गया। उस तों लाश उहदी बरामद हो गई है ते बाकी जसप्रीत का नाम है, खुशप्रीत, खुशप्रीत का नाम है। कल शाम जिहड़ी मम्मी सी जसप्रीत कौर वह बीमार सी, अचानक ही दुध लैण भेजता ਤਾਂ ਘਰਦਿਆਂ ਨੇ ਜਦੋਂ ਦੁੱਧ ਲੈਣ ਭੇਜਤਾ ਤਾਂ ਅਚਾਨਕ ਹੀ ਸਾਢੇ ਸੱਤ ਵਜੇ ਕੁੜੀ ਘਰੋਂ ਗਈ ਹੈਗੀ। ਅੱਠ ਵਜੇ ਜਦੋਂ ਕੁੜੀ ਦੀ ਗੌਰ ਕੀਤੀ ਹੈ ਤਾਂ CCTV ਦੇ ਕੈਮਰੇ ਚੈੱਕ ਕਰਾਏ ਗਏ ਨੇ। ਉਸ ਟਾਈਮ 'ਤੇ ਸਾਡੀ ਕੁੜੀ ਜਦੋਂ ਕੈਮਰੇ 'ਚ ਆ ਰਹੀ ਹੈ ਕਿ ਉਹ ਕਿਸੇ ਨੇ ਚੱਕੀ ਹੈਗੀ, ਉਹ ਚੱਕ ਕੇ ਸਾਡੀ ਕੁੜੀ ਦਾ ਬਲਾਤਕਾਰ ਕੀਤਾ, ਰੇਪ ਕੀਤਾ। ਸਾਡੇ ਨਾਲ ਕੋਈ ਮੀਡੀਆ ਨਹੀਂ ਖੜਿਆ ਅਤੇ ਨਾ ਹੀ ਸਾਡੇ ਨਾਲ ਕੋਈ ਪੁਲਿਸ ਵਾਲਾ ਖੜਿਆ ਹੈਗਾ। ਰਾਤ ਅਸੀਂ ਸਿਟੀ ਥਾਣੇ 'ਚ ਗਏ, ਸਾਨੂੰ ਕਿਸੇ ਨੇ ਨਹੀਂ ਸੁਣਵਾਈ ਕੀਤੀ ਹੈਗੀ। ਸਾਨੂੰ ਕਹਿੰਦੇ ਘਰੇ ਜਾ ਕੇ ਥੋੜ੍ਹਾ ਸੋ ਜਾਓ ਅਤੇ ਸਾਨੂੰ ਧੱਕੇ ਮਾਰ ਕੇ ਕੱਢੇ ਨੇ। ਉਦੋਂ ਬਾਅਦ ਗੇਟ ਬੰਦ ਕਰੋ, ਉੱਥੇ ਮੈਂ ਵੀਡੀਓ ਲਿਆ ਉਹਨਾਂ ਦੀ ਬਣਾ ਕੇ, ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਸਾਡੇ ਨਾਲ ਕਰੇ ਉਵੇਂ ਬਰੋਬਰ ਉਹਨਾਂ ਨਾਲ ਕੀਤਾ ਜਾਵੇ, ਸਾਨੂੰ ਇਨਸਾਫ਼ ਮਿਲੇ ਜੀ। ਉਹਦਾ ਨਾਮ ਕਾਕਾ ਜੀ, ਪੱਕਾ ਨਾਮ ਉਹਦਾ ਗੁਰਪ੍ਰੀਤ ਹੈਗਾ, ਫਾਦਰ ਦਾ ਨਾਮ ਉਹਦਾ ਨਾ ਰਾਜ ਹੈਗਾ। ਉਸ ਨੇ ਕੋਈ ਗ੍ਰਿਫਤਾਰੀ ਨੀ ਸਰ, ਅਜੇ ਤੱਕ ਕੋਈ ਇਨਕੁਆਇਰੀਆਂ ਨੀ ਹੋਈ ਜੀ, ਸਾਡੇ ਸਾਡੇ ਕੋਲ ਕੋਈ ਪ੍ਰੂਫ ਨੀ ਹੈਗਾ ਜੀ। ਸਾਡੇ ਵੱਲੋਂ ਸਰ ਕੁਛ ਨੀ, ਆਹ ਖੜਿਆਂਗੇ ਆਹ ਭਗਤ ਸਿੰਘ ਚੌਂਕ 'ਚ ਖੜਿਆਂਗੇ, ਧਰਨਾ ਲਾਈ, ਸਾਡੀ ਕੋਈ ਸੁਣਵਾਈ ਨੀ ਸਰ ਹੋ ਰਹੀ ਹੈਗੀ। ਡੈਡ ਬੋਡੀ ਆਹ ਦੇਖੋ ਸਰ, ਅਸੀਂ ਤਾਂ ਫਿਰ ਸਰ ਜੇ ਨਾਨ ਸਾਹਿਬ ਮਿਲਿਆ ਜਿਵੇਂ ਸਾਡੇ ਨਾਲ ਸੜਕ ਤੇ ਆਵਾਂਗੇ, ਉਤਰਾਂਗੇ, ਇੱਥੇ ਧਰਨਾ ਲਾਵਾਂਗੇ ਜੀ। ਅਸੀਂ ਨੀ ਲੈ ਕੇ ਜਾਂਦੇ ਜਿੰਨਾ ਤੱਕ ਉਹਨਾਂ ਦਾ ਪਰਿਵਾਰ ਦਾ ਇੱਕ ਵੀ ਬੱਚਾ ਨੀ ਨਾ, ਬੱਚਾ ਬੱਚਾ ਨੀ ਚੱਕੇ ਜਾਂਦਾ, ਅਸੀਂ ਇੱਥੇ ਉੱਠਦੇ ਹੈਗੇ ਜੀ। ਖੁਸ਼ਪ੍ਰੀਤ ਕੌਰ ਪਤਾ ਲੱਗਿਆ ਸੀ, ਅੱਠਵੀਂ ਕਲਾਸ 'ਚ ਪੜ੍ਹਦੀ ਹੈ, ਸੁੰਦਰ ਬਸਤੀ ਦੀ ਰਹਿਣ ਵਾਲੀ ਹੈ। ਅਤੇ ਉਹ ਰਾਤ 8 ਵਜੇ ਦੁੱਧ ਦਾ ਪੈਕਟ ਲੈਣ ਗਈ ਸੀ, ਜਦੋਂ ਘਰੇ ਨਹੀਂ ਮੁੜੀ ਸ਼ੱਕ ਦੇ ਆਧਾਰ 'ਤੇ ਅਤੇ ਘਰਦਿਆਂ ਨੇ ਛਾਣਬੀਨ ਕੀਤੀ ਤਾਂ ਉਹਨੂੰ ਪਤਾ ਲੱਗਿਆ ਕਿ ਇੱਕ ਕਾਕਾ ਨਾਮ ਦਾ ਮੁੰਡਾ, ਉਮਰ ਕਰੀਬ 22 ਸਾਲ ਉਹਦੀ ਹੈ, ਅਤੇ ਉਹ ਫੁਟੇਜ ਦੇ ਵਿੱਚ ਸਾਹਮਣੇ ਆਇਆ ਕਿ ਲੜਕੀ ਨੂੰ ਫੜ ਕੇ ਜ਼ਬਰਦਸਤੀ ਕਿਤੇ ਲਿਜਾ ਰਿਹਾ। ਅਤੇ ਉਸ ਤੋਂ ਬਾਅਦ ਥਾਣੇ ਤਲਾਹ ਦੇਣ ਤੋਂ ਬਾਅਦ ਜੋ ਸਖਤੀ ਨਾਲ ਪੁੱਛਗਿੱਛ ਕਰਦੇ ਸਾਰਾ ਕੁਝ ਪਤਾ ਲੱਗਿਆ ਕਿ ਨਾਲ ਹੀ ਉੱਥੇ ਇੱਕ ਸਕੂਲ ਦੀ ਬੇਵਾਦ ਬਿਲਡਿੰਗ ਦੇ ਵਿੱਚ ਉਹ ਲੜਕੀ ਦੀ ਜਿਹੜੀ ਬੜੀ ਭੈੜੀ ਹਾਲਤ ਦੇ ਵਿੱਚ ਮਤਲਬ ਬੜਾ ਭਿਆਨਕ ਤਰੀਕੇ ਨਾਲ ਉਹਦਾ ਕਤਲ ਕਰਕੇ ਉਹਦੀ ਲਾਸ਼ ਨੂੰ ਉੱਥੇ ਛਪਾ ਦਿੱਤਾ ਗਿਆ। ਉਸ ਤੋਂ ਲਾਸ਼ ਉਹਦੀ ਬਰਾਮਦ ਹੋ ਗਈ ਹੈ ਅਤੇ ਬਾਕੀ ਫੋਰੈਂਸਿਕ ਟੀਮ ਮੌਕੇ 'ਤੇ ਆ ਗਈ ਹੈ ਸਾਡੇ, ਅਸੀਂ ਸੈਂਪਲ ਲੈ ਕੇ ਅਤੇ ਦੋਸ਼ੀ ਨੂੰ ਅਸੀਂ ਸ਼ਾਮ ਤੱਕ ਅਰੈਸਟ ਕਰ ਰਹੇ ਹਾਂ, ਹਰ ਤਰੀਕੇ ਨਾਲ ਉਹਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ, ਇੱਕ ਬੰਦਾ ਸੀਗਾ ਕੱਲ੍ਹ ਜੀ, ਕਾਕਾ ਸ਼ੋਰਟ 'ਚ, ਉਸ ਟਾਈਮ ਉਸਦਾ ਨਾਂ ਕਾਕਾ ਹੀ ਦੱਸਿਆ ਗਿਆ ਸੀ ਜੋ ਕਿ ਉਸੇ ਮਹੱਲੇ ਦਾ ਰਹਿਣ ਵਾਲਾ ਹੈ। ਉਹ ਬਿਲਕੁਲ ਫੁਟੇਜ ਦੇ ਵਿੱਚ ਕਲੀਅਰ ਹੈ ਕਿ ਪਿੱਛੋਂ ਲੜਕੀ ਨਾਲ ਗੱਲਬਾਤ ਕਰਦਾ ਆ ਰਿਹਾ ਤੇ ਅੱਗੇ ਜਾ ਕੇ ਇੱਕੋ ਦਮ ਉਹਦੇ ਵਾਲਾਂ ਨੂੰ ਫੜ ਕੇ ਤੇ ਜ਼ਬਰਦਸਤੀ ਉਹਨੂੰ, ਉਸ ਤੋਂ ਬਾਅਦ ਉਹਦੀ ਫੁਟੇਜ ਕੱਟ ਹੋ ਜਾਂਦੀ, ਜ਼ਬਰਦਸਤੀ ਕਿਸੇ ਥਾਂ ਤੇ ਲਿਜਾ ਰਿਹਾ। ਪਰ ਉਹਦੇ ਨਾਲ ਦੀ ਨਾਲ ਹੀ ਅਸੀਂ ਜਾ ਕੇ ਡੈਡ ਬੋਡੀ ਰਿਕਵਰ ਕਰਕੇ ਤੇ ਪੋਸਟਮਾਰਟਮ ਲਈ ਡਾਕਟਰ ਦੇ ਪੈਨਲਾਂ ਤੋਂ ਕਰਵਾ ਰਹੇ ਹਾਂ ਤੇ ਇਹ ਦੇਖ ਰਹੇ ਹਾਂ ਕਿ ਉਸ ਨਾਲ ਪਹਿਲਾਂ ਕੋਈ ਕੋਈ ਰੇਪ ਵਗੈਰਾ ਜਾਂ ਕੁਛ ਵੀ ਜੋ ਵੀ ਆ ਬੋਰਡ ਤੋਂ ਮੁਲਾਜ਼ਾ ਕਰਾ ਕੇ ਬੜੇ ਬਰੀਕੀ ਨਾਲ ਦੀ ਛਾਣਬੀਨ ਕਰ ਰਹੇ ਹਾਂ, ਕਿਉਂਕਿ ਸਾਡਾ ਮੁੱਖ ਮਕਸਦ ਆ ਕਿ ਇਹੋ ਜਿਹੇ ਘਿਨਾਉਣਾ ਕੰਮ ਕਰਨ ਵਾਲੇ ਮੁਰਜ਼ੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਏ। ਜਦੋਂ ਕਿਸੇ ਕੋਲੋਂ ਵੀ ਨਾ ਹੋਵੇ ਪਰੇਸ਼ਾਨੀ ਦਾ ਹੱਲ, ਮੇਰੇ ਕੋਲੋਂ ਪਾਓ 3 ਘੰਟੇ 'ਚ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਲਵ ਮੈਰਿਜ ਵਸ਼ੀਕਰਨ ਬ੍ਰੇਕਅਪ ਸੋਲਿਊਸ਼ਨ, ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਿਆਰ 'ਚ ਧੋਖਾ, ਖੋਇਆ ਪਿਆਰ ਵਾਪਸ ਪਾਉਣਾ, ਕਰਜ਼ਾ ਮੁਕਤੀ, ਤਲਾਕ ਕੇਸ, ਵਿਦੇਸ਼ ਯਾਤਰਾ ਜਾਂ PR, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ। ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਗੁਰੂ ਜੀ ਬੰਗਾਲੀ 98 157 20 027।